ਤਰਨਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦ ਹਸਪਤਾਲ ਦੀ ਇੱਕ ਨਰਸ ਜੱਚਾ ਬੱਚਾ ਵਾਰਡ ਨਾਲ ਕੁੱਟਮਾਰ ਕਰ ਦਿੱਤੀ ਗਈ। ਇਸ ਘਟਨਾ ਬਾਰੇ ਤਰਨਤਾਰਨ ਦੇ SMO ਡਾਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਤਰਨਤਾਰਨ ਥਾਣਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚ ਗਈ ਪਰ ਦਰਜਾ 4 ਕਰਮਚਾਰੀ ਅਤੇ ਡਾਕਟਰ ਨੇ ਹੜਤਾਲ ਕਰ ਮੰਗ ਰੱਖੀ ਕਿ ਜਦ ਤੱਕ ਪੁਲਿਸ ਸਾਹਿਬ ਸਿੰਘ ਉੱਪਰ ਪਰਚਾ ਦਰਜ ਨਹੀਂ ਕਰਦੀ ਡਾਕਟਰ ਹੜਤਾਲ ਤੇ ਹੀ ਰਹਿਣਗੇ। ਪਰ ਮਾਰੇ ਮੇਰੇ ਗਲੇ ਪਏ ਹੱਥੀ ਪਏ ਉਹਦਾ ਵੀ ਦਿੱਤਾ ਜਾਵੇ ਸਾਨੂੰ ਸਰ। ਪਰ ਵੇਖੋ ਨਾਲ ਮਹਿਸੂਸ ਹੁੰਦਾ ਕਰ ਮੈਂ ਮਹਾ ਛਡਾਇਆ ਚੁੱਪ ਕਰੋ। ਬੇਇੱਜ਼ਤੀ ਜਿਹੜੀ ਆ ਸਾਨੂੰ ਸਰ ਮਹਿਸੂਸ ਹੁੰਦੀ ਪਈ ਜਿਹੜੀ ਸਾਡੀ ਬੇਇੱਜ਼ਤੀ ਹੋਈ ਥੱਪੜ ਮਾਰੇ ਚਾਹੇ ਸਾਡੇ ਗਲੇ ਨੂੰ ਪਏ ਸਾਨੂੰ। ਮੈਂ ਵਿਧਵਾ ਜਨਾਨੀ ਆਪਣੇ ਬੱਚੇ ਛੱਡ ਕੇ ਨਾਈਟ ਡਿਊਟੀ ਕਰਦੀ ਪਈ ਹਾਂ। ਮੈਂ ਇਕੱਲੀ ਆਉਂਦੀ ਹਾਂ ਜੇ ਰਸਤੇ ਦੇ ਵਿੱਚ ਮੇਰਾ ਕੋਈ ਵੀ ਨੁਕਸਾਨ ਹੋਵੇ ਜ਼ਿੰਮੇਵਾਰ ਵੀ ਹੋਣਗੇ ਕਿਉਂਕਿ ਮੈਨੂੰ ਡਰ ਵਾ ਮੈਨੂੰ ਖਤਰਾ ਪੈ ਚੁੱਕਾ ਜੇ ਇੱਥੇ ਨਹੀਂ ਮੇਰੇ ਬਣੇ ਤਾਂ ਉੱਥੇ ਕੀ ਬਣਨਗੇ। ਮੈਂ ਪਿੰਡ ਤੋਂ ਡਿਲੀਵਰੀ ਕੇਸ ਵਾਸਤੇ ਕਿਤੇ ਇੱਥੇ ਆਏ ਸਵੇਰ 5 ਵਜੇ ਅਤੇ ਇਹਨਾਂ ਦੇ ਨਾਲ ਆਇਆ ਸੀ ਜਿਹੜਾ ਇਹਨਾਂ ਦਾ ਬ੍ਰਦਰ ਸੀ ਸਾਹਿਬ ਸਿੰਘ। ਉਹਨੇ ਇਲਜ਼ਾਮ ਲਾਇਆ ਸਟਾਫ 'ਤੇ ਕਿ ਤੁਸੀਂ ਕੋਈ ਢਿੱਲ ਮੱਠ ਕਰਦੇ ਪਏ ਹਾਂ ਸਾਨੂੰ ਗੇਟ ਨਹੀਂ ਛੇਤੀ ਖੋਲਿਆ ਜਾਂ ਕੁਰਸੀ ਟੁੱਟੀ ਦਿੱਤੀ ਆ ਅਤੇ ਉਹਨੇ ਗੁੱਸੇ ਵਿੱਚ ਆ ਕੇ ਅਤੇ ਇਹਨਾਂ ਦੀ ਸਟਾਫ ਨਰਸ ਹਰਦੀਪ ਕੌਰ ਉਹਦੇ ਥੱਪੜ ਮਾਰਤਾ ਹੈ ਜੀ। ਇਹ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਕਰ ਦਿਆਂਗੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ 'ਤੇ ਥੱਪੜ ਮਾਰਨ ਦਾ ਨਹੀਂ ਹਾਲੇ ਇੱਥੇ ਨਹੀਂ ਮਿਲਿਆ ਜੀ। ਅੱਛਾ ਜੀ। ਅਤੇ ਉੱਤੇ ਅੰਮ੍ਰਿਤਸਰ ਗਿਆ ਹੋਇਆ ਜਿਹੜਾ ਬੱਚਾ ਇਹਨਾਂ ਨੇ ਰੈਫਰ ਕੀਤਾ। ਲੇਬਰ ਰੂਮ ਦੇ ਸਟਾਫ ਨੇ ਆ ਕੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 6 ਵਜੇ ਇੱਕ ਪੇਸ਼ੈਂਟ ਆਇਆ ਸੀ ਨਾਲ ਬਾਅਦ 'ਚ ਪਤਾ ਚੱਲਿਆ ਉਹਦਾ ਭਰਾ ਸੀਗਾ ਅਤੇ ਉਸ ਮਰੀਜ਼ ਨੂੰ 1 ਤਰੀਕ ਨੂੰ ਭਰਤੀ ਕੀਤਾ ਗਿਆ ਸੀਗਾ। ਉਹਦੀ ਡਿਲੀਵਰੀ ਦਾ ਕੇਸ ਸੀਗਾ ਉਹ ਆਪਣੀ ਮਰਜ਼ੀ ਨਾਲ 2 ਤਰੀਕ ਨੂੰ ਘਰ ਚਲਾ ਗਿਆ। ਅੱਜ ਜਦੋਂ ਸਵੇਰੇ 6 ਵਜੇ ਦੇ ਕਰੀਬ ਆਇਆ ਤਾਂ ਬਿਲਕੁਲ ਉਹਦਾ ਡਿਲੀਵਰੀ ਹੋਣ ਵਾਲੀ ਸੀਗੀ ਬਹੁਤ ਲੇਟ ਆਏ ਘਰੋਂ ਅਤੇ ਜਦੋਂ ਮੇਰਾ ਸਟਾਫ ਦੇ ਬੰਦੇ ਮੇਰੀ ਦਰਜਾ 4 ਉਹਨਾਂ ਨੂੰ ਲੈਣ ਵਾਸਤੇ ਗਈ ਵੀਲਚੇਅਰ ਦੇ ਉੱਤੇ ਅਤੇ ਰਾਹ ਦੇ ਵਿੱਚ ਉਹਨਾਂ ਨੇ ਉਸ ਕਰਮਚਾਰੀ ਨਾਲ ਬੜਾ ਬਦਸਲੂਕੀ ਕੀਤੀ ਉਹਨੂੰ ਚਪੇੜਾ ਵੀ ਮਾਰੀ। ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ ਚੈਨਲ 2।